ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬੜੇ ਚਿਰ ਬਾਅਦ ਵੀਡੀਓ ਲੈ ਕੇ ਆ ਰਹੇ ਤੁਹਾਡੇ ਕੋਲ ਤੇ ਅੱਜ ਅਸੀਂ ਬੋਲਟਨ ਵਿੱਚ ਆਏ ਹਾਂ ਸਿੱਧ ਟਰੱਕ ਯਾਰਡ ਦੇ ਵਿੱਚ ਤੇ ਸਾਡੇ ਕੋਲ ਅੱਜ ਇੱਕ ਨਵਾਂ ਡੇ ਕੈਬ ਫਰੇਟ ਲਾਈਨਰ ਕੈਸਕੇਡੀਆ ਤੇ ਥੋੜ੍ਹੀ ਬਹੁਤੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਪਿਛਲੇ ਸਾਲ ਨਾਲੋਂ ਕਿਹੜੇ ਕਿਹੜੇ ਨਵੇਂ ਸਪੈਕਸ ਨੇ ਕਿਹੜੇ ਕਿਹੜੇ ਨਵੇਂ ਐਡੀਸ਼ਨਸ ਹੋਏ ਨੇ ਤੇ ਆ ਜਾਓ ਜੀ ਤੁਹਾਨੂੰ ਨਵਾਂ ਟਰੱਕ ਅੱਜ ਦਿਖਾਉਂਦੇ ਹਾਂ ਹਾਂਜੀ ਹੁਣ ਮਾੜਾ ਜਿਹਾ ਤੁਹਾਨੂੰ ਮੋਟਰ ਦਿਖਾਉਂਦੇ ਆ ਜੋ ਜੀ ਹੁੱਡ ਖੋਲ ਲਿਆ ਅਸੀਂ ਹਾਂਜੀ ਇਸ ਸੀਨ ਦੇ ਵਿੱਚ ਥੋੜ੍ਹੀ ਜਿਹੀ ਆਡੀਓ ਦੀ ਇਸ਼ੂ ਹੋ ਗਈ ਸੀ ਸੋ ਇਸ ਕਰਕੇ ਜੋ ਮੈਂ ਗੱਲ ਕਹਿਣਾ ਚਾਹੁੰਦਾ 2020 ਫਰੇਟ ਲਾਈਨਰ ਅਤੇ 2022 ਦੇ ਵਿੱਚ ਥੋੜ੍ਹਾ ਜਿਹਾ ਮੋਟਰ ਦਾ ਡਿਫਰੈਂਸ ਆ ਗਿਆ ਜੀ ਹਾਂਜੀ ਤੇ ਆਪਾਂ ਜਿਵੇਂ ਹੁਣ ਦੂਸਰੀ ਸਾਈਡ 'ਚ ਗੱਲ ਕਰ ਰਹੇ ਸੀਗੇ ਵੀ ਮੋਟਰ ਦੀ ਸਾਈਜ਼ ਦੇ ਨਾਲ ਜਿਹੜਾ ਫਰਕ ਪਿਆ ਆਹ ਦੇਖੋ ਜੀ ਆਹ ਗੈਪ ਦਿਸਦਾ ਜੀ ਇਹ ਪਹਿਲੇ ਟਰੱਕਾਂ ਨਾਲੋਂ ਜ਼ਿਆਦਾ ਸਪੇਸ ਆ ਰਿਪੇਅਰ ਕਰਨਾ ਵੀ ਆ ਟਰਬੋ ਜੋ ਦਿਖ ਰਹੀ ਆ ਨਾ ਆਪਣਾ ਸਟਾਰਟਰ ਦਾ ਵੀ ਕੋਈ ਵੀ ਕੰਮ ਹੋਵੇ ਵੀ ਨਵੇਂ ਟਰੱਕਾਂ ਨਾਲ ਬਹੁਤ ਬੈਨੀਫਿਟ ਹੋ ਗਿਆ ਵੀ ਸਪੇਸ ਜ਼ਿਆਦਾ ਹੈ ਬਹੁਤ ਚੀਜ਼ ਦਾ ਬੜਾ ਫਰਕ ਪੈ ਗਿਆ ਜੀ ਅਤੇ ਹੁਣ ਕੋਈ ਵੀ ਕੰਮ ਆ ਰਿਪੇਅਰ ਆ ਜਿਹੜੇ ਮਕੈਨਿਕ ਆ ਬੜਾ ਈਜ਼ੀ ਹੋ ਗਿਆ ਅਤੇ ਹੁਣ ਥੋੜ੍ਹਾ ਬਹੁਤਾ ਅਸੀਂ ਤੁਹਾਨੂੰ ਅੰਦਰੋਂ ਵੀ ਦਿਖਾਉਂਦੇ ਹਾਂ ਅਤੇ ਬਾਹਰੋਂ ਆਪਾਂ ਦੇਖ ਲਿਆ ਜੀ ਹਾਂਜੀ ਇੱਕ ਗੱਲ ਮੈਂ ਹੋਰ ਮੈਂਸ਼ਨ ਕਰਨਾ ਭੁੱਲ ਗਿਆ ਜੀ ਜਿਹੜੀ ਕੰਪਨੀ ਨੇ ਸਪੈਸ਼ਲ ਇਸ ਟਰੱਕ 'ਤੇ ਡਿਸਕ ਬ੍ਰੇਕਾਂ ਲਵਾਈਆਂ ਨੇ ਜੀ ਅਤੇ ਉਹਦੇ ਕਰਕੇ ਬ੍ਰੇਕਾਂ ਪਹਿਲਾਂ ਨਾਲੋਂ ਵਧੀਆ ਲੱਗ ਰਹੀਆਂ ਜੀ ਅਤੇ ਜਿਹੜੇ ਟਾਇਰਾਂ ਦੀ ਜਿਵੇਂ ਗੱਲ ਕਰੀਏ ਜੇ ਆਮ ਟਰੱਕ ਪਹਿਲਾਂ 2 ਲੱਖ ਤੱਕ ਚੱਲਦੇ ਨੇ ਉਹ ਡਿਸਕ ਬ੍ਰੇਕਾਂ ਦੇ ਕਾਰਨ ਵਧੀਆ ਮੇਨਟੇਨੈਂਸ ਕਾਰਨ 4 ਲੱਖ ਤੱਕ ਜਾਣ ਵੀ ਪੋਸੀਬਲ ਹੈਗਾ ਜੀ ਅਤੇ ਚਲੋ ਜੀ ਤੁਹਾਨੂੰ ਥੋੜ੍ਹਾ ਬਹੁਤਾ ਹੋਰ ਦਿਖਾਉਂਦੇ ਹਾਂਜੀ ਹੁਣ ਤੁਹਾਨੂੰ ਅਸੀਂ ਅੰਦਰੋਂ ਟਰੱਕ ਦਿਖਾਉਂਦੇ ਹਾਂ ਅਤੇ ਕਿਹੜੇ ਕਿਹੜੇ ਫੀਚਰਸ ਨੇ ਅਤੇ ਆ ਜਾਓ ਜੀ ਤੁਹਾਨੂੰ ਲੈ ਕੇ ਜਾਂਦੇ ਅੰਦਰ ਭਾਅ ਜੀ ਤੁਸੀਂ ਉੱਧਰ ਤੇ ਆ ਜਾਓ ਭਾਅ ਹਾਂਜੀ ਜੀ ਹੁਣ ਅਸੀਂ ਆ ਗਏ ਅੰਦਰ ਅਤੇ ਟਰੱਕ ਬੜਾ ਸਾਫ਼ ਆ ਅਤੇ ਮੈਨੂੰ ਲੱਗਦਾ ਹਜੇ ਬਸ ਨਵੇਂ ਡਰਾਈਵਰ ਨੇ ਮੁੰਡੇ ਨੇ ਚੜ੍ਹਨਾ ਵਾ ਇਹਦੇ 'ਤੇ ਅਤੇ ਰੈਡੀ ਹੋ ਰਿਹਾ ਜੀ ਟਰੱਕ ਅਤੇ ਅੱਜ ਮੈਂ ਤੁਹਾਨੂੰ ਦੇਖਦਾ ਜੀ ਸਾਰਾ ਕੁਝ ਫਸਟ ਏਡ ਦਾ ਆਪਣਾ ਬੋਕਸ ਲੱਗਿਆ ਜੀ ਆ ਇੱਥੇ ਮੂਹਰੇ ਜਮ੍ਹਾਂ ਈ ਲੋਕ ਲੱਗੀ ਆ ਬਟ ਕਈਆਂ ਨੇ ਇੱਥੇ ਕਈ ਟਰੱਕਾਂ ਦੇ ਵਿੱਚ ਲਾਇਆ ਹੋਇਆ ਵਾ ਅਤੇ ਬਾਕੀ ਪ੍ਰੈਫਰੈਂਸ ਦੀ ਗੱਲ ਆ ਆ ਦੇਖੋ ਜੀ ਸਾਰਾ ਇੱਥੋਂ ਸ਼ਾਇਦ ਤੁਹਾਨੂੰ ਨਾ ਦਿਖਦਾ ਹੋਵੇ ਅਤੇ ਆਪਾਂ ਨਾਲ ਸਟਾਰਟ ਵੀ ਕਰਦੇ ਹਾਂ ਅਤੇ ਬੜਾ ਟਰੱਕ ਸਾਫ਼ ਆ ਜਿੰਨਾ ਆਪਾਂ ਮੇਨਟੇਨੈਂਸ ਰੱਖਾਂਗੇ ਨਾ ਸਾਫ਼ ਸਫਾਈ ਓਨਾ ਹੀ ਵਧੀਆ ਰਹੂਗਾ ਜੀ ਹਾਂਜੀ ਜੀ ਟਰੱਕ ਸਟਾਰਟ ਕਰ ਲਿਆ ਅਤੇ ਮਾੜਾ ਮੋਟਾ ਮੈਂ ਹੁਣ ਤੁਹਾਨੂੰ ਦੱਸਦਾ ਜੀ ਟਰੱਕ ਹੈਗਾ ਫੁੱਲੀ ਲੋਡਡ ਅਤੇ ਜਿਵੇਂ ਆਪਾਂ ਨੂੰ ਆ ਸਾਰੇ ਗੇਜ ਦਿਖ ਰਹੇ ਆ ਜੀ ਹੈ ਨਾ ਆ ਥੱਲੇ ਵੀ ਰੀਅਰ ਲੋਕ ਏਅਰ ਸਲਾਈਡ ਡਿਫਰੈਂਸ਼ਲ ਲੋਕ ਸਾਰੇ ਨੇ ਹੈ ਨਾ ਅਤੇ ਈ ਲੋਕ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਲੱਗੀ ਹੋਈ ਆ ਰੇਡੀਓ ਸਾਰਾ ਕੁਝ ਸਾਰੇ ਫੀਚਰਸ ਚੱਲਦੇ ਆ ਅਤੇ ਮੈਂ ਕਹਿੰਦਾ ਤਕਰੀਬਨ ਆਹ ਟਰੱਕ ਰਫਲੀ ਜਿੱਥੇ ਤੱਕ ਮੇਰਾ ਅੰਦਾਜ਼ਾ ਵਾ ਵੀ 1,80,000 ਦਾ ਟਰੱਕ ਆਇਆ ਜੀ ਮਤਲਬ ਇਸ ਰੇਂਜ ਦੇ ਵਿੱਚ ਅਤੇ ਵੀ ਜਿਵੇਂ ਆਪਾਂ ਕੁਝ ਜਿਹੜੇ ਪੁਰਾਣੇ ਡੇ ਕੈਬ ਟਰੱਕ ਹੈਗੇ ਉਹਨਾਂ 'ਤੇ ਕੁਝ ਫੀਚਰ ਨਹੀਂ ਚੱਲਦਾ ਕਈ ਵਾਰ ਏਸੀ ਨਹੀਂ ਚੱਲਦਾ ਜਾਂ ਹੀਟ ਨਹੀਂ ਚੱਲਦਾ ਆਹ ਫਰੇਟ ਲਾਈਨਰ 'ਤੇ ਇੱਥੇ ਵਬੈਸਟੋ ਦਾ ਜਿਹੜੀ ਕੰਪਨੀ ਆ ਹੈ ਨਾ ਉਹਨਾਂ ਦਾ ਇੱਥੇ ਥੱਲੇ ਹੀਟਰ ਇੰਸਟਾਲ ਪਹਿਲਾਂ ਹੀ ਕੀਤਾ ਹੋਇਆ ਜੀ ਟਰੱਕ ਦੇ ਵਿੱਚ ਅਤੇ ਇਹਦੇ ਜਿਹੜੇ ਫੰਕਸ਼ਨਸ ਆ ਫਰੇਟ ਲਾਈਨਰ ਨੇ ਜੋ ਡੈਫ ਦੇ ਕਾਰਨ ਟਰੱਕ ਦੀ ਆਈਡਲਿੰਗ ਰੈਕਮੈਂਡਡ ਨਹੀਂ ਹੈਗੀ ਅਤੇ ਜੇ ਹੋਊਗੀ ਪਹਿਲਾਂ ਹੀ ਸਾਰਾ ਲਾਈਟ ਸਿਸਟਮ ਅੰਦਰ ਆ ਜਾਣਾ ਵੀ ਟਰੱਕ ਆਈਡਲ ਹੋ ਰਿਹਾ ਅਤੇ ਉਹਦੇ ਕਰਕੇ ਵੀ ਜੇ ਹੀਟ ਲਾਉਣੀ ਪਈ ਸਿਆਲਾਂ ਦੇ ਵਿੱਚ
ਇੱਥੇ ਟਰੱਕ ਬੰਦ ਕਰਕੇ ਜਿਵੇਂ ਆਪਾਂ ਦੇਖਦੇ ਕਈ ਬੰਕ ਵਾਲੇ ਟਰੱਕਾਂ 'ਚ ਪਿੱਛੇ ਹੀਟਰ ਚੱਲਦਾ ਸੈਪਰੇਟ ਹੈ ਨਾ, ਆਪਾਂ ਉਸ ਹਿਸਾਬ ਨਾਲ ਬਸ ਆਹ ਸਵਿੱਚ ਇੱਥੋਂ ਔਨ ਕਰਕੇ ਥੱਲੇ ਸਾਰਾ ਮਤਲਬ ਨਿੱਘ ਮਹਿਸੂਸ ਹੁਣ ਤੁਹਾਨੂੰ ਹੋਊਗਾ ਜਮਾਂ ਇੱਦਾਂ ਨਹੀਂ ਲੱਗੂ ਵੀ ਆਹ, ਨਾਲੇ ਟਰੱਕ ਦੀ ਫਿਊਲ ਦੀ ਵੀ ਸੇਵਿੰਗ ਆ ਜੀ, ਨਾਲੇ ਹੀਟ ਵੀ ਵਧੀਆ ਨਜ਼ਾਰਾ ਜੀ। ਆਪਾਂ ਯਾਰਡ ਦੇ ਵਿੱਚ ਥੋੜ੍ਹਾ ਜਿਹਾ ਤੁਹਾਨੂੰ ਗੇੜਾ ਨਾਲੇ ਯਾਰਡ ਬਹਾਨੇ ਨਾਲ ਤੁਹਾਨੂੰ ਦਿਖਾ ਲੈਂਦਾ ਤੇ ਨਾਲੇ ਆਪਾਂ ਜਸਟ ਦੇਖਦੇ ਹਾਂ ਇਹਦੀ ਹਲਕੀ ਜਿਹੀ ਡਰਾਈਵ ਕਿਵੇਂ ਆ, ਕਿਵੇਂ ਮਹਿਸੂਸ ਹੋ ਰਿਹਾ, ਕਿਉਂਕਿ ਅੱਜ ਮੇਰਾ ਵੀ ਇਸ ਦਿਨ ਦੇ ਵਿੱਚ ਇਸ ਟਰੱਕ ਦੇ ਵਿੱਚ ਪਹਿਲਾ ਦਿਨ ਆ ਜੀ। ਤੇ ਇੱਕ ਹੋਰ ਗੱਲ ਮੈਂ ਗੱਲ ਕਰਨੀ ਸੀ ਕੈਮਰੇ ਦਾ, ਆ ਜੀ ਤੁਹਾਨੂੰ ਆ ਉੱਪਰ ਦੇਖੂਗਾ ਜੀ, ਇਹ 'ਚ ਮੈਨੂੰ ਲੱਗਦਾ ਇੱਕੋ ਹੀ ਕੈਮਰਾ ਜੀ, ਤੇ ਇਹਦੇ ਵਿੱਚ ਬਾਹਰਲੀ ਵੀ ਰਿਕਾਰਡਿੰਗ ਹੋ ਰਹੀ ਆ ਤੇ ਅੰਦਰਲੀ ਵੀ ਰਿਕਾਰਡਿੰਗ ਹੋ ਰਹੀ ਆ। ਤੇ ਹੁਣ ਕਈ ਸਾਡੇ ਜਿਹੜੇ ਭਰਾ ਚਲਾ ਰਹੇ ਆ, ਜਿਵੇਂ ਕਈ ਕੰਪਨੀ ਨੇ ਸਿਰਫ ਬਾਹਰਲੀ ਰਿਕਾਰਡਿੰਗ ਰੱਖਦੇ ਆ, ਅੰਦਰਲੀ ਨਹੀਂ ਲਾਈਕ ਕਰਦੇ ਹਨਾ, ਇਹ 'ਚ ਬੜਾ ਪ੍ਰਾਈਵੇਸੀ ਦਾ ਬੜਾ ਰੌਲਾ ਆ ਜਾਂਦਾ। ਕਈ ਸਾਡੇ ਵੀਰ ਰੌਲਾ ਪਾਉਂਦੇ ਵੀ ਵੀਰੇ ਇਹ ਚੰਗੀ ਗੱਲ, ਸਾਡੀਆਂ ਤਾਂ ਗੱਲਾਂ ਰਿਕਾਰਡ ਹੋ ਜਾਂਦੀਆਂ ਹਨਾ, ਜਾਂ ਇੱਦਾਂ ਹੋ ਜਾਂਦਾ, ਸਾਨੂੰ ਤਾਂ ਅਸੀਂ ਰੋਟੀ ਪਾਣੀ ਵੀ ਖਾਂਦੇ ਸਾਨੂੰ ਵਧੀਆ ਨਹੀਂ ਲੱਗਦਾ ਸਾਡੀ ਰਿਕਾਰਡਿੰਗ ਹੁੰਦੀ ਹਨਾ। ਬਟ ਇਹ 'ਚ ਇੱਕ ਸੇਫਟੀ ਵੀ, ਸੇਫਟੀ ਵਾਲੀ ਗੱਲ ਜੇ ਦੇਖਿਆ ਜਾਵੇ, ਜਿਵੇਂ ਆਪਾਂ ਡੇਅਰ ਰੋਸ ਕੰਪਨੀ ਆ ਜੀ, ਉਹਨਾਂ ਨੇ ਆਪਣੇ ਸਾਰੇ ਟਰੱਕਾਂ ਦੇ ਵਿੱਚ ਜਿਹੜੇ ਡੇ ਕੈਬ ਸਾਰਿਆਂ ਦੇ ਵਿੱਚ ਕੈਮਰੇ ਇੰਸਟਾਲ ਕੀਤੇ ਆ ਜੀ, ਤੇ ਹੌਲੀ ਹੌਲੀ ਹੋਰ ਵੀ ਕੰਪਨੀ ਨੇ ਇੰਸਟਾਲ ਕਰ ਦੇਣੇ ਆ, ਕਿਉਂਕਿ ਬਾਈ ਚਾਂਸ ਕਿਤੇ ਬੰਦੇ ਨੂੰ ਹਾਰਟ, ਇੱਕ ਮੈਨੂੰ ਹੁਣ ਪੂਰੀ ਕਹਾਣੀ ਨਹੀਂ ਯਾਦ, ਬਟ ਇੱਕ ਡਰਾਈਵਰ ਨੂੰ ਕੁਛ ਹਾਰਟ ਅਟੈਕ ਹੋ ਗਿਆ ਸੀਗਾ ਤੇ ਕੰਪਨੀ ਨੇ ਰਾਈਟ ਅਵੇ ਪੁਲਿਸ ਨੂੰ ਫੋਨ ਕਰ ਲਿਆ ਸੀ ਵੀ ਜਦੋਂ ਉਹਦਾ ਬੰਦੇ ਨੂੰ ਸੀਜ਼ਰ ਹੋ ਗਿਆ ਸੀ, ਸੀਜ਼ਰ ਅਟੈਕ ਹੋ ਗਿਆ ਸੀ ਜੀ, ਤੇ ਉਹ ਬੰਦਾ ਕੰਪਨੀ ਨੂੰ ਦੇਖ ਲਿਆ ਵੀ ਸਾਡੇ ਬੰਦੇ ਨੂੰ ਕੁਛ ਹੋ ਰਿਹਾ, ਤੇ ਉਹ 'ਚ ਉਹਦਾ ਭਲਾ ਹੋ ਗਿਆ, ਉਸ ਬੰਦੇ ਦੀ ਜਾਨ ਮਤਲਬ ਸੇਵ ਹੋ ਗਈ ਜੀ। ਸੋ ਬੜੇ ਬੈਨੀਫਿਟਸ ਆ, ਬਟ ਇਹ ਥੋੜ੍ਹਾ ਰੇਅਰ ਕੇਸ ਸੀਗਾ, ਮੁੱਕ ਦੀ ਗੱਲ 'ਚ ਹਰੇਕ ਹੀ ਬੰਦਾ ਕਹਿੰਦਾ ਚਲੋ ਜੀ ਸਾਡੀ ਪ੍ਰਾਈਵੇਸੀ, ਥੋੜ੍ਹਾ ਬੰਦਾ ਕੋਈ ਘਰ ਰਿਸ਼ਤੇਦਾਰ ਨਾਲ ਜਾਂ ਕੋਈ ਫੈਮਿਲੀ ਗੱਲ ਹੁੰਦੀ ਨਹੀਂ ਲਾਈਕ ਕਰਦਾ, ਬਟ ਇਹ 'ਚ ਬੜੇ ਫਾਇਦੇ ਵੀ ਆ, ਤੇ ਬਾਕੀ ਹਰੇਕ ਦੀ ਆਪਦੀ ਮਰਜ਼ੀ ਆ, ਬਟ ਚਲੋ ਮੇਰਾ ਕਹਿਣ ਦਾ ਫਰਜ਼ ਸੀਗਾ। ਤੇ ਆਪਾਂ ਹੁਣ ਗੇੜੇ 'ਤੇ ਆਈਏ ਤੇ ਨਾਲੇ ਯਾਰਡ ਦੇਖਦੇ ਹਾਂ ਜੀ, ਕਿਵੇਂ ਸਿੱਧ ਟਰੱਕ ਬੋਲਟਨ ਦੇ ਵਿੱਚ ਅਸੀਂ ਯਾਰਡ 'ਚ ਆਏ ਹਾਂ ਇੱਥੇ, ਤੇ ਨਾਲੇ ਤੁਹਾਨੂੰ ਮਾੜਾ ਜਿਹਾ ਹਲਕਾ ਹਲਕਾ ਜਿਹਾ ਯਾਰਡ ਦਿਖਾਉਂਦੇ ਹਾਂ ਜੀ। ਹਾਂਜੀ, ਤੇ ਨਾਲੇ ਜਾਣ ਤੋਂ ਪਹਿਲਾਂ ਇੱਕ ਵਾਰ ਬੰਦਾ ਜ਼ਰੂਰ ਆਪਦੀ ਬੈਲਟ ਲਾ ਲਏ, ਸੈਟਿੰਗ ਕਰ ਲਏ ਉਸ ਹਿਸਾਬ ਨਾਲ ਹਨਾ, ਕਿਉਂਕਿ ਬੰਦਾ ਆਪਾਂ 12 ਘੰਟੇ ਚਲਾਉਣਾ ਹੁੰਦਾ, ਉਸ ਹਿਸਾਬ ਨਾਲ ਫੀਲਿੰਗ ਵੀ ਵਧੀਆ ਹੋਣੀ ਚਾਹੀਦੀ। ਦੇਖੋ ਜੀ ਨਵੀਆਂ ਸੀਟਾਂ, ਮਤਲਬ ਵੀ ਨਜ਼ਾਰਾ ਆ ਰਿਹਾ ਵੀ ਅੱਜ ਦਿਨ ਵੀ ਵਧੀਆ ਤੇ ਚਲਾਉਣ ਨੂੰ ਵੀ ਜੀ ਕਰ ਰਿਹਾ ਜੀ। ਤੇ ਇੱਕ ਗੱਲ ਮੈਂ ਹੋਰ ਕਹੂੰਗਾ ਜੀ, ਜਿਹੜੇ ਸਾਡੇ ਵਿਊਅਰਸ ਆ, ਕਿਸੇ ਭੁਲੇਖੇ ਵਿੱਚ ਨਾ ਰਹਿ ਲਿਓ ਵੀ ਬਸ ਵੀ ਉਦਾਂ ਹੀ ਚੱਕ ਕੇ ਟਰੱਕ ਚਲਾਉਣ ਲੱਗ ਗਏ ਜੀ, ਵੀ ਫੁੱਲੀ ਏਜ਼ਡ ਲਾਇਸੈਂਸ ਹੈਗਾ ਜੀ ਆਪਣੇ ਕੋਲ ਹਨਾ, ਤੇ ਕਈ ਵਾਰ ਕਈਆਂ ਨੂੰ ਉਦਾਂ ਹੀ ਸ਼ੌਂਕ ਹੁੰਦਾ ਜੀ ਸਾਨੂੰ, ਅਸੀਂ ਵੀ ਚਲਾ ਕੇ ਦੇਖ ਲਈਏ, ਮੈਂ ਇਹੀ ਕਹੂੰਗਾ ਇੱਕ ਵਾਰ ਲਾਇਸੈਂਸ ਲੈ ਲਓ ਫਿਰ ਸਾਰੀ ਉਮਰ ਇਹ ਕੁਛ ਹੀ ਕਰ ਲਓ ਜੀ। ਕਈ ਯਾਰਡਾਂ ਦੇ ਵਿੱਚ ਟੋਏ ਬੜੇ ਹੁੰਦੇ, ਉਸ ਹਿਸਾਬ ਨਾਲ ਦੇਖਣਾ ਪੈਂਦਾ ਜੀ ਹਨਾ। ਆ ਜੀ ਆਪਣਾ ਡਿਸਪੈਚ ਵਾਲਾ ਆਫਿਸ ਆ ਜੀ, ਕਿਸੇ ਨੂੰ ਵੀ ਜੇ ਕੰਮ ਚਾਹੀਦਾ US ਨੂੰ ਲੌਂਗ ਹੌਲ 'ਤੇ, ਮਤਲਬ ਓਪਨ ਬੋਡੀ ਇੱਕ ਤਰ੍ਹਾਂ ਕਹਿ ਸਕਦੇ ਹਾਂ, ਕੈਲੀਫੋਰਨੀਆ ਵੀ ਟੈਕਸਸ ਵੀ ਬੜੇ ਆਪਣੇ ਟਰੱਕ ਜਾ ਰਹੇ ਆ ਜੀ, ਜੇ ਕਿਸੇ ਨੂੰ ਟੀਮ ਦੇ ਵਿੱਚ ਕੰਮ ਚਾਹੀਦਾ ਜੀ, ਮੇਰੇ ਕੋਲ ਇਸ ਵੇਲੇ ਮੇਰੇ ਕੋਲ ਰੇਟ ਨਹੀਂ ਹੈਗੇ, ਪਰ ਜ਼ਰੂਰ ਕੰਪਨੀ ਹਾਇਰਿੰਗ ਕਰ ਰਹੀ ਆ, ਲੋਕਲ ਦਾ ਮੈਂ ਪੂਰਾ ਸ਼ੋਰ ਨਹੀਂ, ਬਟ US ਨੂੰ ਫੋਰ ਸ਼ੋਰ ਕੰਮ ਮਿਲ ਰਿਹਾ ਜੀ, ਜੇ ਡਰਾਈਵਰ ਕੋਈ ਜੋਬ ਲੱਭ ਰਿਹਾ ਤੇ ਮੈਨੂੰ ਲੱਗਦਾ 2 ਸਾਲ ਦਾ ਐਕਸਪੀਰੀਅੰਸ ਜਾਂ 3 ਸਾਲ ਦਾ ਐਕਸਪੀਰੀਅੰਸ ਹੋਵੇ ਤਾਂ ਸਭ ਤੋਂ ਵਧੀਆ ਗੱਲ ਹੈ ਜੀ। ਆਟੋ ਟਰੱਕ ਆ ਜੀ, ਅਸੀਂ ਆ ਗਏ ਵਾਪਸ ਯਾਰਡ 'ਚ ਤੇ ਬੜਾ ਵਧੀਆ ਲੱਗਿਆ, ਐਨ ਮਤਲਬ ਰੂਹ ਖੁਸ਼ ਹੋ ਗਈ ਜੀ। ਮੈਂ ਤਾਂ ਕਹੂੰਗਾ ਸਾਰੇ ਜਿਨ੍ਹਾਂ ਦੇ ਪੁਰਾਣੇ ਟਰੱਕ ਆ ਸਾਰੇ ਵਧੀਆ ਨਵੇਂ ਲਓ, ਫੁੱਲੀ ਲੋਡਡ ਆ ਟਰੱਕ ਤੇ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਨਹੀਂ। ਤੇ ਈਵਨ ਜੇ ਥੱਲੇ ਦੇਖੋ ਜੀ ਇਹ ਕਿੰਨੀ ਸਪੇਸ ਆ, ਮੈਂ ਆਪ ਵੀ ਮੇਰੀ ਹਾਈਟ 6 ਫੁੱਟ ਦੀ, ਮੇਰਾ ਪੈਰ ਉੱਪਰ ਐਨ ਖੁੱਲੀ ਡੁੱਲੀ ਜਗ੍ਹਾ ਜੀ, ਤੇ ਹੋਰ ਮੈਨੂੰ ਕੋਈ ਕਮੀ ਮਹਿਸੂਸ ਹੋ ਨਹੀਂ ਰਹੀ। ਜੇ ਤੁਹਾਨੂੰ ਲੱਗਦਾ ਵੀ ਸ਼ਾਇਦ ਕੋਈ ਹੋਰ ਗੱਲ ਐਡ ਕਰਨ ਵਾਲੀ ਆ, ਮੈਨੂੰ ਜ਼ਰੂਰ ਕਮੈਂਟ ਦੇ ਵਿੱਚ ਦੱਸਿਓ, ਮੈਂ ਅਗਲੀ ਵੀਡੀਓ 'ਚ ਜ਼ਰੂਰ ਤੁਹਾਨੂੰ ਗੱਲ ਦੱਸੂੰਗਾ ਸ਼ਾਇਦ ਜਿਹੜੀ ਮੈਂ ਤੁਹਾਨੂੰ ਮਿਸ ਹੋ ਗਈ। ਹਾਂਜੀ, ਸੋ ਉਮੀਦ ਕਰਦੇ ਹਾਂ ਤੁਹਾਨੂੰ ਟਰੱਕ ਦੇ ਜਿਹੜੇ ਸਪੈਕਸ ਆ ਜਾਂ ਜਿਹੜਾ ਨਵਾਂ ਮਾਡਲ ਆ ਵਧੀਆ ਲੱਗਿਆ ਹੋਊਗਾ। ਅਤੇ ਜਾਣ ਤੋਂ ਪਹਿਲਾਂ ਮੈਂ ਆਖਰੀ ਗੱਲ ਕਹੂੰਗਾ ਜਿਹੜੀ ਸ਼ਾਇਦ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਇਸ ਟਰੱਕ ਬਾਰੇ ਜਾਂ ਨਵੇਂ ਮਾਡਲ ਬਾਰੇ। ਜਿਵੇਂ ਪਹਿਲੇ ਟਰੱਕਾਂ ਦੇ ਵਿੱਚ ਟਰੱਕ ਨੂੰ ਲੌਕ ਲੱਗ ਜਾਂਦਾ ਸੀਗਾ, ਮੈਂ ਹੁਣ ਥੋੜ੍ਹਾ ਮਾੜਾ ਜਿਹਾ ਅੰਦਰ ਲੌਕ ਲਾ ਕੇ ਦਿਖਾਉਂਦਾ ਜੀ।
ਸੋ ਮੈਂ ਟਰੱਕ ਨੂੰ ਲੋਕ ਲਾਤਾ ਜੀ ਤੇ ਜਿਵੇਂ ਪਹਿਲੇ ਟਰੱਕਾਂ 'ਚ ਲੋਕ ਲੱਗ ਜਾਂਦਾ ਸੀ ਇਸ ਟਰੱਕ ਦਾ ਲੋਕ ਹਜੇ ਨਹੀਂ ਲੱਗਿਆ ਜੀ ਇਹਦਾ ਲੋਕ ਜਿਹੜਾ ਹੈਗਾ ਜੀ ਸਿਰਫ ਚਾਬੀ ਦੇ ਨਾਲ ਹੀ ਲੱਗੂਗਾ ਜੀ ਸੋ ਬਹੁਤ ਸੋਹਣੀ ਗੱਲ ਹੈ ਅਤੇ ਬੜਾ ਟੈਕਨੋਲੋਜੀ ਐਡਵਾਂਸਮੈਂਟ ਆ ਗਿਆ ਜੀ ਅਤੇ ਇਹ ਮੈਨੂੰ ਬਹੁਤ ਵਧੀਆ ਲੱਗੀ ਆ ਸਾਰਿਆਂ ਲਈ ਥੋੜ੍ਹਾ ਜਿਹਾ ਸਿੰਪਲ ਹੋ ਗਿਆ ਕਿਉਂਕਿ ਨਵੇਂ ਡਰਾਈਵਰ ਜਾਂ ਕਈ ਪੁਰਾਣਿਆਂ ਤੋਂ ਵੀ ਹੋ ਜਾਂਦਾ ਜੀ ਗਲਤੀ ਨਾਲ ਲੋਕ ਲੱਗ ਜਾਂਦਾ ਸੋ ਐਂਡ ਵਿੱਚ ਮੈਂ ਆਖਰੀ ਗੱਲ ਕਹੂੰਗਾ ਜੀ ਬਸ ਜੇ ਤੁਹਾਨੂੰ ਵੀਡੀਓ ਲੱਗੀ ਸਾਡੀ ਵਧੀਆ ਲੱਗੀ ਆ ਸਾਡੀ ਵੀਡੀਓ ਤਾਂ ਜ਼ਰੂਰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਆਪਾਂ ਉਮੀਦ ਕਰਦੇ ਹਾਂ ਵੀ ਸ਼ਾਇਦ ਆਉਣ ਵਾਲੀ ਵੀਡੀਓਜ਼ ਵੀ ਥੋੜ੍ਹਾ ਬਹੁਤਾ ਤੁਹਾਨੂੰ ਅਸੀਂ ਸ਼ੋਪ ਵਿੱਚ ਦਿਖਾਈਏ ਥੋੜ੍ਹਾ ਬਹੁਤਾ ਆਪਣੀ ਰਿਪੇਅਰ ਦਿਖਾਵਾਂਗੇ ਨਵੇਂ ਟਰੱਕਾਂ ਦੀ ਕਿਹੜੇ ਕਿਹੜੇ ਨਵੇਂ ਪਾਰਟਸ ਨੇ ਹੋਰ ਚੀਜ਼ਾਂ ਅਤੇ ਜੇ ਕੋਈ ਹੋਰ ਵੀ ਆਈਡੀਆਜ਼ ਆ ਵਾ ਜ਼ਰੂਰ ਸਾਨੂੰ ਕਮੈਂਟਸ ਦੇ ਵਿੱਚ ਦੱਸਿਓ ਅਸੀਂ ਅਗਲੀ ਵੀਡੀਓ ਸਮੇਂ ਤੁਹਾਡੇ ਮੂਹਰੇ ਕੀ ਲੈ ਕੇ ਆਵਾਂਗੇ।